हाँ जी किसान दोस्तों प्यार भरी सत श्री अकाल। अज आप खड़े हाँ तुंग वाली मंडी की पार्किंग दे विच। ये तुंग वाली मंडी की जिहड़ी मोटरसाइकिल की पार्किंग है जिहड़ी सानूं दिखाउणे आ असीं, ते इह जिहड़े लोक आ जिहड़े किसान भरा बकरी पालक वीर आ जिहड़े वो वड्डे पद्धर ते जिहड़े इन्हां मेलियां दे विच जिहड़े पहुँचदे आ, जिहड़ा हर वीरवार तुंग वाली मंडी जिला बठिंडा दे विच लगदा। दूर तक तुसीं निगाह मारोगे तां परे सारी पार्किंग ही आ, किला डेढ़ किला वाड़ ते लंबी जांदी आ, ते जिहड़े परे कणक वढ के जिहड़ा थां जिहड़ा छड्डिया होया उहदे विच वी जिहड़ी पार्किंग दा काम आ जिहड़ा उह कीता होया। ते थल्ले तुसीं इधर देखोगे मगरले पासे ते लोकां ने वाहनां दे विच जिहड़ियां गड्डियां उह वपारी वीरां ने जां बाहरों आए वीरां ने उह ठल्लियां होईयां। तुंग वाली मंडी ते दूर तक निगाह मारोगे तां सारे गड्डियां ही गड्डियां तुहानूं नज़र आउणगियां। सो इह जिहड़ी तुंग वाली मंडी आ इहदी इह पार्किंग आ, ते तुहानूं अंदर हुण लै के जावांगे असीं। ਜਾਨਵਰ ਜਿਹੜੇ ਆਈ ਵੀ ਜਾਂਦੇ ਆ ਅਤੇ ਲੋਕ ਵੇਚ ਕੇ ਜਿਹੜੇ ਉਹ ਜਾਈ ਵੀ ਜਾਂਦੇ ਆ, ਅਤੇ ਆਓ ਹੁਣ ਆਪਾਂ ਅੰਦਰ ਜਾ ਕੇ ਗੱਲਬਾਤ ਕਰਦੇ ਹਾਂ ਕਿਹੜੇ ਕਿਹੜੇ ਜਾਨਵਰ ਇੱਥੇ ਪਹੁੰਚੇ ਹੋਏ ਆ ਅਤੇ ਕੀ ਮੁੱਲ ਰਹੂਗਾ, ਕੀ ਉਹਨਾਂ ਦੀ ਡਿਟੇਲ ਹੋਊਗੀ, ਸਾਰੀ ਗੱਲਬਾਤ ਕਰਦੇ ਹਾਂ। ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ। ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਆ ਜਾਓ ਚੱਲਦੇ ਆਪਾਂ ਇਸ ਟਾਈਮ ਐਂਟਰੀ ਗੇਟ ਦੇ ਵਿੱਚ ਐਂਟਰ ਹੋਏ ਹਾਂ, ਅਤੇ ਬਾਈ ਜਰਮਨ ਸ਼ੈਫਰਡ ਜਿਹੜੇ ਕਤੂਰੇ ਆ ਉਹ ਲੈ ਕੇ ਬੈਠਾ ਸੀਗਾ। ਬਾਈ ਕੀ ਹਾਲ ਚਾਲ? ਠੀਕ ਹੈ ਜੀ, ਵਧੀਆ ਜੀ। ਕਿਹੜਾ ਏਰੀਆ ਆਪਣਾ? ਆਪਣਾ ਹੀ ਮੋਗਾ ਜੀ। ਠੀਕ ਹੈ। ਇਹ ਬੱਚੇ ਆ ਜਿਹੜੇ ਇਹ ਸੇਲ ਪਰਚੇਜ ਦਾ ਕੰਮ ਆਪਣਾ ਨਹੀਂ ਕਰਦੇ ਬਾਈ? ਕਰਦੇ ਆ। ਹਾਂਜੀ ਠੀਕ ਆ। ਕੀ ਡਿਟੇਲ ਹੈ ਜੀ ਮਾੜਾ ਜਿਹਾ? ਡਿਟੇਲ ਇਹ ਬਾਈ 2 ਮਹੀਨੇ ਦਾ ਬੱਚਾ, ਡਬਲ ਕੋਟ ਦੇ ਬੱਚੇ ਆ ਜੀ। ਠੀਕ ਆ। ਇਹਦਾ ਫਾਦਰ ਮਦਰ ਜਿਹੜਾ ਉਹ ਆਪਣੇ ਕੋਲੇ ਆ? ਮਦਰ ਇਹਦੀ ਕੋਲੇ ਆ ਤੇ ਫਾਦਰ ਤਾਂ ਜਾਨੀ ਪਿੰਡ 'ਚੋਂ ਸੀਗਾ ਕੋਈ। ਬਲੱਡ ਲਾਈਨ ਦੀ ਕੀ ਡਿਟੇਲ ਹੈ ਜੀ? ਮਿਲ ਜੂ ਬਾਈ, ਪੇਪਰ ਹੈਗੇ ਆ ਮੇਰੇ ਕੋਲੇ ਮੋਬਾਈਲ 'ਚ, ਮੈਨੂੰ ਵੇਖਣੇ ਵੇਖਣੇ ਤਾਂ ਆਉਂਦੇ ਨਹੀਂ ਕੋਲੇ। ਡਿਟੇਲ ਆ ਜਾਣੀ ਸਾਰੀ। ਹਾਂਜੀ। ਕੀ ਪ੍ਰਾਈਸ ਰੱਖਿਆ ਇਹਦਾ? ਇਹਦਾ 5500 ਰੁਪਇਆ। ਮੇਲ? ਫੀਮੇਲ ਆ ਬਾਈ, 3 ਫੀਮੇਲ ਆ। ਮੇਲ ਹੈਗਾ ਘਰੇ ਆ। ਠੀਕ ਹੈ, ਮੇਲ ਵੀ ਮਿਲ ਜਾਂਦਾ। ਹਾਂਜੀ। ਹੋਰ ਵੀ ਕੋਈ ਹੁੰਦੇ ਆ? ਨਹੀਂ, ਮੇਲ ਹੀ ਆਪਣੇ ਕੋਲ। ਠੀਕ ਹੈ। ਹਾਂਜੀ। ਤੇ ਰਹਿਤ ਸ਼ਹਿਰ ਜੀ ਹੋ ਜੂ? ਮਾੜੀ ਮੋਟੀ ਹੋ ਜੂ। ਨੰਬਰ ਬੋਲਿਓ? 9054-06000। ਠੀਕ ਹੈ, ਠੀਕ ਹੈ। ਸੋ ਦੋਸਤੋ ਇਹ ਜਰਮਨ ਸ਼ੈਫੜਾ, ਨੇੜੇ ਆ ਕੇ ਦਿਖਾ ਦੀ ਬਾਈ ਮਾੜਾ ਜਿਹਾ, ਕਰੀ ਅੱਗੇ ਨੂੰ ਮੇਰੇ। ਸੋ ਜੇ ਕਿਸੇ ਭਰਾ ਨੂੰ ਜਰਮਨ ਸ਼ੈਫਰਡ ਫੀਮੇਲ ਹੈ ਇਹ, ਕਿੰਨੇ ਚਿਰ ਦਾ ਹੋ ਗਿਆ ਬਾਈ? ਇਹ 2 ਮਹੀਨੇ ਤੋਂ 5-7 ਦਿਨ ਘੱਟ ਆ ਬਾਈ। ਠੀਕ ਆ। ਹੁਣ ਇਹਦੀ ਜੇ ਡੇਲੀ ਦੀ ਡਾਈਟ ਦੀ ਆਪਾਂ ਗੱਲ ਕਰੀਏ ਤਾਂ ਕੀ ਬਾਈ? ਯਾਰ ਦੁੱਧ ਹੁੰਦਾ, ਰੋਟੀਆਂ ਹੁੰਦੀ, ਹੁਣ ਤਾਂ ਪਾਉਣ ਲੱਗ ਗਏ, ਪਹਿਲਾਂ ਫੀਡ ਹੁੰਦੀ ਸੀਗੀ ਬਸ। ਫੀਡ ਕਿਹੜੀ ਵਰਤਦੀ? ਪੈਟਾਗਰੀ ਰੋਇਲ ਕੈਨਨ ਜਾਂ ਕੋਈ ਹੋਰ? ਬਾਈ ਐਂ ਤਾਂ ਮੈਨੂੰ ਵੀ ਨਹੀਂ ਪਤਾ, ਨੋਰਮਲੀ ਨੋਰਮਲ ਜਿਹਾ ਬਾਈ। ਠੀਕ ਹੈ। ਸੋ ਦੋਸਤੋ ਬਾਈ ਨਾਲ ਸੰਪਰਕ ਕਰ ਸਕਦੇ ਹਾਂ ਤੁਸੀਂ, ਡਿਟੇਲ ਤੁਹਾਨੂੰ ਦਿਖਾਤੀ ਆ ਇੱਕ ਵਾਰੀ ਬੱਚਿਆਂ ਦੀ, ਅਤੇ ਬਹੁਤ ਹੈਲਥੀ ਜਿਹੜੇ ਬੱਚੇ ਆ ਜਰਮਨ ਸ਼ੈਫਰਡ ਦੇ, ਮੇਲ ਫੀਮੇਲ ਬਾਈ ਕਹਿੰਦਾ ਵੀ ਦੋਵੇਂ ਪ੍ਰੋਵਾਈਡ ਕਰਵਾ ਸਕਦੇ ਆ ਸਾਨੂੰ। ਬਾਈ ਨੰਬਰ ਇੱਕ ਵਾਰੀ ਫਿਰ ਬੋਲੋ। 9654-06000 ਜੀ। ਥੈਂਕ ਯੂ ਬਾਈ। ਮੋਗਾ ਡਿਸਟ੍ਰਿਕਟ ਤੋਂ ਜਿਹੜੇ ਬਾਈ ਆਏ ਸੀ, ਅੱਜ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਹੋਰ ਜਾਨਵਰ ਜਿਹੜੇ ਵੀ ਪਹੁੰਚੇ ਆ ਉਹਨਾਂ ਬਾਈਆਂ ਦੇ ਨਾਲ, ਪੂਰੀ ਡਿਟੇਲ ਦੇ ਵਿੱਚ ਆਪਾਂ ਜਾਣਕਾਰੀ ਲਵਾਂਗੇ। ਇਹ ਤੁੰਗ ਵਾਲੀ ਮੰਡੀ ਦਾ ਜਿਹੜਾ ਐਂਟਰੀ ਗੇਟ ਆ ਜਿੱਥੋਂ ਆਪਾਂ ਐਂਟਰ ਹੁੰਦੇ ਹਾਂ, ਇੱਧਰ ਤੁਹਾਨੂੰ ਦਿਖਾਉਂਦੇ ਹਾਂ ਬਾਈ। ਇੱਧਰ ਅੱਗੇ ਉੱਤੇ ਆ ਜੀ ਬਾਈ, ਦੇਖੋ ਵੀ ਇੱਧਰ ਨਗਾਂ ਦੀ ਜਿਹੜੀ ਉਹ ਐਂਟਰੀ ਹੁੰਦੀ ਹੈ ਇਸ ਪਾਸੇ, ਇਹ ਨਗ ਜਿਹੜੇ ਐਂਟਰ ਹੋ ਕੇ ਅੰਦਰ ਜਾਂਦੇ ਆ, ਅਤੇ ਉਦੋਂ ਬਾਅਦ ਜਿਹੜੇ ਅੰਦਰੋਂ ਨਗ ਆਉਂਦੇ ਆ ਉਹਨਾਂ ਦੀ ਐਂਟਰੀ ਪਰਚੀ ਚੈੱਕ ਕਰਦੇ ਆ, ਅਤੇ ਬਾਹਰ ਜਾਣ ਲੱਗੇ ਵੀ ਕਿੰਨੇ ਨਗ ਆ ਜਿਹੜੇ ਉਹ ਵਿਕ ਗਏ ਅਤੇ ਕਿੰਨੇ ਨਗ ਆ ਜਿਹੜੇ ਉਹ ਖਰੀਦੇ ਗਏ ਆ। ਸੋ ਇਹ ਐਂਟਰੀ ਗੇਟ ਆ ਦੋਸਤੋ ਤੁੰਗ ਵਾਲੀ ਮੰਡੀ ਦਾ। ਆ ਜਾਓ ਹੁਣ ਆਪਾਂ ਅੱਗੇ ਚੱਲਦੇ ਹਾਂ। ਕਬੂਤਰ ਲੈ ਕੇ ਆਇਆ ਬਾਈ ਨਾਲ ਗੱਲਬਾਤ ਕਰਦੇ ਹਾਂ, ਕੀ ਡਿਟੇਲ ਹੈ ਇਹਨਾਂ ਦੀ ਅਤੇ ਕੀ ਰੇਟ ਰੱਖਿਆ? ਕੀ ਹਾਲ ਆ ਬਾਈ? ਵਧੀਆ ਬਾਈ। ਕਿਹੜਾ ਏਰੀਆ? ਬਠਿੰਡਾ ਜੀ। ਖਾਸ ਹੀ? ਹਾਂਜੀ। ਪਿੰਡ ਆ ਜਾਂ ਲੋਕਲ ਬਠਿੰਡੇ? ਲੋਕਲ ਬਠਿੰਡੇ। ਠੀਕ ਆ। ਆਹ ਬਿਜ਼ਨਸ ਫਿਰ ਆਪਦਾ ਕਰਦੇ ਆ, ਬੱਚੇ ਸਾਰੇ ਤਿਆਰ ਕਰੇ ਕਰਦੇ? ਹਾਂਜੀ। ਕੀ ਡਿਟੇਲ ਹੈ ਇਹਨਾਂ ਦੀ ਉੱਡਣ ਵਾਲੇ? ਹਾਂਜੀ। ਕੀ ਰੇਟ ਰੱਖਿਆ? ਆਹ 600 ਆ ਜਾਂ 700 ਜੁੜੇ। ਕੀ ਫਰਕ ਆ ਦੋਵਾਂ ਦਾ? 6 ਕਿਲੋ ਉਹ ਬਸ ਇਹਦੇ ਥੋੜੇ ਚੰਗੇ ਆ ਜੀ, ਉਹ ਬੱਚੇ ਕੱਢਣ ਵਾਲੇ ਆ ਜੀ, ਬਾਜੀਆਂ ਛੱਡੇ ਹੋਏ ਆ ਜੀ, ਇਹ ਹਜੇ ਛੱਡੇ ਨੇ ਬਾਜੀ। ਕਿੰਨੇ ਕਿੰਨੇ ਚਿਰ ਦੇ ਹੋਣਗੇ? ਇਹ ਹੈਗੇ ਜੀ ਬਾਬਾ ਚਿਰ ਦੇ ਜੀ। ਉਮਰ ਦਾ ਨਹੀਂ ਪਤਾ? ਨਹੀਂ। ਇਹਨਾਂ ਦੋਵਾਂ ਚ ਕੀ ਫਰਕ ਆ? ਉਹ ਕਿਵੇਂ ਆ ਬਾਈ? ਨੇੜੇ ਆ ਜੀ, ਨੇੜੇ ਆ ਕੇ ਦਿਖਾਈ। ਉਹ ਬਾਜੀਆਂ ਛੱਡੇ ਹੋਏ ਆ ਜੀ। ਅੱਛਾ, ਉਹ ਛੱਡੇ ਹੋਏ ਆ? ਹਾਂਜੀ, ਸਾਰੇ ਛੱਡੇ ਹੋਏ ਜਿੱਤੇ ਹੋਏ ਜੀ। ਠੀਕ ਆ। ਆ ਹੀ ਹਜੇ ਛੱਡੇ ਨੇ। ਅੱਛਾ, ਇਹ ਛੱਡੇ ਨੇ। ਠੀਕ ਆ। ਉਹਨਾਂ ਦਾ ਕੀ ਰੇਟ ਆ ਤੇ ਇਹਨਾਂ ਦਾ ਕੀ ਰੇਟ ਆ? ਇਹ 700 ਜੁੜਾ ਹੀ ਆ, 600 ਜੀ। ਠੀਕ ਆ। ਫਰਕ ਥੋੜਾ ਹੀ ਆ ਦੋਨਾਂ 'ਚ। ਸਾਰੇ ਘਰ ਦੇ ਬੱਚੇ ਘਰੇ ਘਰ ਤਿਆਰ ਕਰਦੇ? ਹਾਂਜੀ। ਠੀਕ ਆ। ਇਹਨਾਂ ਉਹਨਾਂ 'ਚ ਕੋਈ ਬਾਜੀ ਜਿੱਤਿਆ ਗਿਆ ਕਿ ਨਹੀਂ? ਜਿੱਤੀ। ਅੱਛਾ, ਠੀਕ ਆ। ਸੋ ਦੋਸਤੋ ਇਹ ਕਬੂਤਰ ਆ, ਤੇ ਰੇਟ ਘੱਟ ਵੱਧ ਹੋ ਜੂ ਜੇ ਕੋਈ ਪੁਰਾਣੇ ਲੈਣੇ ਹੋਣ? ਹਾਂਜੀ ਹਾਂਜੀ। ਜਵਾਕਾਂ ਨੇ ਵੇਖ ਕੇ ਰੋ ਪੈਣਾ, ਉਹਨਾਂ ਨੇ ਕਹਿਣਾ ਵੀ ਸਾਨੂੰ ਲੈ ਕੇ ਦਿਓ। ਤੇ ਫੋਨ ਨੰਬਰ ਆਪਦਾ? ਫੋਨ ਨੰਬਰ ਹੀ
संपर्क जेडे भी भरा ने कबूतर लेने उधरले बाजी वाले दूजे आज अगे चल गया। तो भाई जर्मन शेफर्ड इधर फीमेल लेके आए हैं, गलबात करांगे की है जा ते की भाई रेट मांगदे आ। भाई की हाल चाल? वधिया जी। बहुत केड़ा पिंड? गिद्दड़वे। गिद्दड़वा लोकल या कोई? लोकल गिद्दड़वे। लोकल गिद्दड़वे। की डिटेल है भाई, ये की रेट रखया? ये दा रेट 12000 है। ठीक है। ते सुन वाली है जा वैसे? नहीं सुन वाली नहीं, वे हिट चा वीरे। पहला थोड़े कोले सुई भी? पहला सुई है बच्चे, पांच बच्चे देते सी। ठीक है। दिखाई भाई मड़ी है नु करी। किन्ने चिर दी होगी है? 2.5 सालां दी। ते पे इहदा रेट आपां किन्ना क्या? 12000। मानतन हो जूगी? मानतन हो जूगी रे। ठीक है। की भाई कोई फोन? नहीं नहीं मानतन पूरा करेंगे। नहीं नहीं कोई नहीं, मानतन पूरा करेंगे। ठीक है। नंबर बोले अपना? 7508582242। एक करी फिर 7508582242। ठीक है। आ बच्चे भी अपने? नहीं अपने नहीं, बच्चे भी। ठीक है। दिखा दी भाई एक करी। बहुत सोहनी डॉग आ। बई कहते माण तान भी हो जूगा पूरा। एक बार 12000 मंगया बाइया ने। जे किसी वीर भरा ने लैनी हुई तो संपर्क जरूर कर। ठीक है बई, धन्यवाद। धन्यवाद जी। तो आप लड्डू को आ गए निके व्यापारी को। व्यापारी ट्रिप ट्रुप से जाके आया टूर पर, थोड़ा गला खराब आ, एडजस्टमेंट करनी पेगी। पर दिखाने तेन के जानवर लेके आया तो की रेट रखा? लड्डू की हाल? ਪਹਿਲਾਂ ਤਾਂ ਜੀ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਇੱਕ ਤਾਂ ਅੱਜ ਆਪਣੀ ਬਾਜ਼ ਖਰਾਬ ਆ ਥੋੜੀ ਜੀ। ਕੀ ਗੱਲ? ਅੱਜ ਕਿੱਧਰ ਨੂੰ ਘੁੰਮ ਗਏ? ਟ੍ਰਿਪ ਗਏ ਸੀ ਵੰਡਰਲੈਂਡ ਜੀ। ਠੀਕ ਆ। ਹਾਂਜੀ ਜੀ। ਹਾਂਜੀ ਪੂਰਾ ਫੰਕਸ਼ਨ ਕਰਕੇ? ਪੂਰਾ ਫੰਕਸ਼ਨ ਕਰਕੇ। ਠੀਕ ਆ। ਹਾਂਜੀ। ਕਿਹੜੇ ਕਿਹੜੇ ਜਾਨਵਰ ਲਿਆਂਦੇ? ਜਾਨਵਰਾਂ ਜੀ ਕਿਹੜਾ ਲਿਆਂਦੇ ਜੀ? ਜਿਵੇਂ ਬੱਕਰੀਆਂ। ਠੀਕ ਆ। ਬੱਕਰੀ ਦਿਖਾ ਦਿਓ। ਇੱਧਰ ਬਾਹਰ ਹੀ ਲਈ ਆ। ਕੀ ਡਿਟੇਲ ਹੈ ਇਹਦੀ? ਇਹਦੇ ਮਗਰ ਕਾਲੀ ਪੱਠ ਹੈ ਇੱਕ, ਬਹੁਤ ਚੰਗੀ। ਠੀਕ ਹੈ। ਕਾਲੀ ਪੱਠ ਸੂਆ ਸਾ ਕੀ ਹੈ? ਸੂਆ ਦਾ ਪਹਿਲਾ ਹੀ ਹੈ, 8 ਦੰਦ ਹੁਣੀ ਹੋਈ ਆ। ਠੀਕ ਆ। ਆ ਪੱਠਾ ਜੀ? ਆ ਪੱਠਾ ਜੀ ਪਰਸੋਂ ਸੂਈ ਆ। ਠੀਕ ਹੈ। ਕੀ ਮੁੱਲ ਕਰਦੇ? ਇਹਦਾ ਮੁੱਲ 25000 ਕਰਦੇ। ਮਾਨਤਨ ਹੋ ਜੂ? ਬਸ ਮਾਨਤਨ ਕਰ ਦਾਂਗੇ। ਠੀਕ ਠੀਕ ਹੈ। ਤੇ ਹੋਰ? ਹੋਰ ਜੀ ਮੈਂ ਉਹ ਖੜੀ ਆ, ਉਹ ਸੂਈ ਵੀ। ਅੱਛਾ, ਉਹ ਸੂਣ ਵਾਲੀਆਂ? ਨਾ ਉਹ ਸੂਈ ਵੀ ਆ। ਠੀਕ ਆ। ਉਹਦੇ ਮਗਰ ਲਾਲ ਪੱਠਾ। ਠੀਕ ਆ। ਤੇ ਆ ਆ ਕੀ ਡਿਟੇਲ ਹੈ ਇਹਦੀ? ਕੀ ਹੈ? ਬੱਕਰਾ। ਬੱਕਰਾ दोस्तो लड्डू ना थोड़ा जा बोलन दे विच ना आवाज खराब करके तो हो रहा, बाद च इहदे आप तुहानू वीडियो बाद च तुहानू फुल वधिया बनवा के तुहाडे नाल भेजांगे। केरा सानू ऐ सी भी एंट्री कराई गई लड्डू की वीडियो दे विच, तो बने रहो वीडियो दे नाल, होर आपां बाईयां नाल गलबात करदे आं। ठीक है भाई। भाई केड़ा एरिया अपना? एरिया अपना मलोट एरिया। मलोट? हाँ जी। ठीक है। तो होर भी जानवर है कि यही रखे? होर भी जानवर है। अज सेल वास्ते लिया? हाँ जी सेल। लग्या कुछ पहले? लगे। किन्ने के लग गए? 65000 रुपये। अच्छा, कितों तक छड़ना? छड़ दांगे कोई मुल है? मुल तो लख लख रुपये कर दें। ठीक है। की डिटेल है जी? ਇਹ ਵਧੀਆ। ਇਹ ਮਤਲਬ ਕਿ ਦੰਦਾਂ ਤੋਂ ਕਿਵੇਂ ਆ? ਦੰਦਾਂ ਤੋਂ ਸਹੀ ਆ। ਕਿੰਨੇ ਦੰਦ ਹੋ ਗਏ? 8 ਦੰਦ। 8 ਦੰਦ ਹੋ ਗਏ। ਹਾਂਜੀ। ਘਰ ਦਾ ਪੱਲਾ ਇਹ ਬੱਚਾ? ਇਹ ਆਪਾਂ ਹੀ ਮੁੱਲ ਲਿਆ। ਅੱਛਾ, ਇੱਡਾ ਹੀ ਲਿਆ ਸੀ ਜਾਂ ਛੋਟਾ ਲਿਆ? ਛੋਟਾ ਲਿਆ। ਠੀਕ ਆ। ਕੀ ਹਾਈਟ ਹੋਊਗੀ ਇਹਦੀ? 45 ਵੀਰੇ। 45। ਠੀਕ ਆ। ਤੇ ਹੋਰ ਵੀ ਜਾਨਵਰ ਲੈਂਦੇ ਕਿ ਇਹੀ? ਹੋਰ ਵੀ ਹੈਗੇ ਬੱਕਰੀਆਂ ਵੀ। ਘਰੇ ਕਿੰਨੇ ਕਿਹੜੇ ਜਾਨਵਰ ਰੱਖਦੇ ਆ? ਜਿਆਦਾ ਬੀਟਲ ਦੀ ਰੱਖਦੇ? ਬੀਟਲ ਦੀ ਵੀਰੇ ਜਿਆਦਾ। ਠੀਕ ਆ। ਸ਼ੁਰੂ ਤੋਂ ਹੀ? ਸ਼ੁਰੂ ਤੋਂ ਹੀ। ਮਲੋਟ ਖਾਸ ਹੀ ਜਾਂ ਨੇੜੇ ਕੋਲ? ਮਲੋਟ ਪੈਂਡਰ ਨੀਲਾ ਫੱਲੂ ਖੜਾ। ਠੀਕ ਆ। ਆਪਣਾ ਨੰਬਰ ਬੋਲੇ ਵੀਰੇ? 9879707541। ਠੀਕ ਆ। ਇਹ ਬੱਕਰੇ ਤੋਂ ਇਲਾਵਾ ਹੋਰ ਵੀ ਜਾਨਵਰ ਸੇਲ ਵਾਸਤੇ ਹੁੰਦੇ ਆ ਘਰੇ ਤੁਹਾਡੇ? ਆ ਹੁੰਦੇ ਆ, ਸੇਲ ਕਰ ਦਿੰਦੇ ਆ, ਪੱਠਾ ਪੁੱਠਾ ਮੈਂ ਬੱਕਰੇ ਕਰ ਦਿੰਦੇ। ਠੀਕ ਆ। ਠੀਕ ਆ। ਸੋ ਦੋਸਤੋ ਬੱਕਰੇ ਦੀ ਡਿਟੇਲ ਆ ਤੁਹਾਨੂੰ ਬਾਈ ਤੋਂ ਪੁੱਛਤੀ ਹੈ, ਜੇ ਤੁਹਾਨੂੰ ਪਸੰਦ ਆਉਂਦਾ ਤੇ ਬਾਈ ਨਾਲ ਗੱਲ ਕਰ ਸਕਦੇ ਆ ਤੁਸੀਂ। ਇਹ ਖੱਸੀ ਹੈ ਕਿ ਕਿਵੇਂ? ਆਂਡਲਾ। ਆਂਡਲਾ। ਸੋ ਦੋਸਤੋ ਜੇ ਬਰੀਡਿੰਗ ਵਾਸਤੇ ਤੁਹਾਨੂੰ ਚਾਹੀਦਾ ਤੇ ਬਾਈ ਦੇ ਨਾਲ ਸੰਪਰਕ ਕਰ ਲਿਓ, ਨੰਬਰ ਤੁਹਾਨੂੰ ਦੱਸਤਾ। ਮਿਲਦੇ ਹਾਂ ਹੋਰ ਵੀਡੀਓ ਦੇ ਨਾਲ, ਆਜੋ ਕਰਦੇ ਹਾਂ ਗੱਲਬਾਤ। ਠੀਕ ਆ ਬਾਈ।